ਅੱਜ ਹੈਗਾ ਟਿਊਜ਼ਡੇ ਸੋ ਸਾਰੇ ਜਾਣੇ ਆਪੋ ਆਪਣੇ ਕੰਮਾਂ ਕਾਰਾਂ 'ਤੇ ਚਲੇ ਗਏ ਅੱਜ ਕੋਈ ਫ੍ਰੀ ਨਹੀਂ ਸੀਗਾ ਹੈਗਾ ਸਾਨੂੰ ਘੁਮਾਉਣ ਵਾਸਤੇ ਸੋ ਮੈਂ ਤਾਇਆ ਜੀ ਤਾਈ ਜੀ ਅਤੇ ਬੀਜੀ ਚਾਰੇ ਜਾਣੇ ਇੱਥੇ ਐਡਮਿੰਟਨ ਗੁਰਦੁਆਰਾ ਸਾਹਿਬ ਆਏ ਹਾਂ ਜਿਹੜੀ ਬਿਲਡਿੰਗ ਤੁਸੀਂ ਪਿੱਛੇ ਮੇਰੇ ਦੇਖ ਸਕਦੇ ਹੋ ਅਤੇ ਆਫਟਰ ਦੈਟ ਮੈਂ ਅਤੇ ਤਾਇਆ ਜੀ ਜਾਵਾਂਗੇ ਇੱਥੇ ਲਾਗੇ ਇੱਕ ਸੁਸਾਇਟੀ ਹੈ ਜਿੱਥੇ ਸਾਰੇ ਬਜ਼ੁਰਗ ਇਕੱਠੇ ਹੋ ਕੇ ਆ ਕੇ ਤਾਸ਼ ਖੇਡਦੇ ਆ ਸੋ ਉਹ ਵੀ ਤੁਹਾਨੂੰ ਮੈਂ ਦਿਖਾਊਂਗਾ ਅੱਜ ਮੈਂ ਆਇਆ ਸੀਗਾ ਐਡਮਿੰਟਨ ਗੁਰਦੁਆਰਾ ਸਾਹਿਬ ਅਤੇ ਉਹਦੇ ਬਿਲਕੁਲ ਲਾਗੇ ਨਾ ਇੱਕ ਸੁਸਾਇਟੀ ਬਣੀ ਹੋਈ ਹੈ ਇਹਦਾ ਨਾਮ ਹੈਗਾ ਮਿਲਵੁੱਡ ਕਲਚਰਲ ਸੁਸਾਇਟੀ ਆਫ ਦ ਰਿਟਾਇਰਡ ਐਂਡ ਸੈਮੀ ਰਿਟਾਇਰਡ ਮਤਲਬ ਜਿਹੜੇ ਰਿਟਾਇਰ ਹੋ ਜਾਂਦੇ ਆ ਬਜ਼ੁਰਗ ਆਪਣੇ ਉਹ ਇੱਥੇ ਆਉਂਦੇ ਆ ਅਤੇ ਸਾਰਾ ਸਾਰਾ ਦਿਨ ਸੀਪ ਖੇਡ ਲਈ ਜਾਂ ਪੂਲ ਦੇ ਟੇਬਲ ਲੱਗੇ ਹੋਏ ਅੰਦਰ ਇੱਥੇ ਪੂਲ ਖੇਡ ਕੇ ਆਪਣਾ ਟਾਈਮ ਸਪੈਂਡ ਕਰਦੇ ਰਹਿੰਦੇ ਆ ਅਤੇ ਹੁਣ ਇਸ ਟਾਈਮ ਦੇ ਉੱਤੇ ਅੰਦਰ ਟੂਰਨਾਮੈਂਟ ਚੱਲ ਰਿਹਾ ਸੀਪ ਦਾ ਅਤੇ ਮੈਂ ਅੰਦਰ ਜਾ ਕੇ ਉਹ ਵੀ ਚੀਜ਼ ਕੈਪਚਰ ਕਰਨ ਦੀ ਕੋਸ਼ਿਸ਼ ਕਰਦਾ ਅਤੇ ਤੁਹਾਨੂੰ ਦਿਖਾਉਣਾ ਸਾਰੇ ਪਾਸੇ ਤਾਸ਼ ਖੇਡੀ ਜਾ ਰਹੀ ਆ ਸੀਪ ਦਾ ਟੂਰਨਾਮੈਂਟ ਚੱਲਣ ਡਿਆ ਇੱਥੇ ਗੁਰਦੁਆਰਾ ਸਾਹਿਬ ਗਏ ਸੀ ਉਸ ਤੋਂ ਬਾਅਦ ਵਿੱਚ ਜਿਹੜੀ ਮੈਂ ਤੁਹਾਨੂੰ ਬਜ਼ੁਰਗਾਂ ਵਾਲੀ ਸੁਸਾਇਟੀ ਜੀ ਦਿਖਾਈ ਇੱਕ ਹੁਣ ਭਤੀਜੀ ਬਿਮਾਰ ਹੋ ਗਈ ਸੀਗੀ ਅਨਾਹਤ ਅਤੇ ਉਹਦੇ ਡੇ ਕੇਅਰ ਤੋਂ ਫੋਨ ਆ ਗਿਆ ਸੀਗਾ ਕਿ ਉਹਨੂੰ ਬੁਖਾਰ ਚੜ੍ਹ ਗਿਆ ਅਤੇ ਆ ਕੇ ਲੈ ਜਾਓ ਅਤੇ ਹੁਣ ਆਪਾਂ ਮੈਂ ਅਤੇ ਮੇਰਾ ਵੱਡਾ ਵੀਰ ਭੂਸਨਜੀਤ ਸਿੰਘ ਗਿਆ ਹੋਇਆ ਲੈਣ ਵਾਸਤੇ ਅੰਦਰ ਅਤੇ ਆਪਾਂ ਉਹਨੂੰ ਲੈਣ ਵਾਸਤੇ ਆਏ ਹਾਂ ਇੱਥੇ ਉਹਦੇ ਡੇ ਕੇਅਰ ਤੋਂ ਆਹ ਉਹਦਾ ਡੇ ਕੇਅਰ ਆਊਟ ਆਫ ਸਕੂਲ ਹਵਾ ਬੜੀ ਵਗਣ ਡਈ ਬਾਹਰ ਦੇ ਹੈਲੋ ਅਨਾਹਤ ਨੂੰ ਘਰ ਛੱਡਣ ਤੋਂ ਬਾਅਦ ਹੁਣ ਅਸੀਂ ਆਏ ਹਾਂ ਡਾਊਨ ਟਾਊਨ ਡਾਊਨ ਟਾਊਨ ਦੇ ਵਿੱਚ ਥੋੜ੍ਹਾ ਜਿਹਾ ਕੰਮ ਵੀ ਸੀਗਾ ਮੇਰੇ ਕਜ਼ਨ ਨੂੰ ਅਤੇ ਨਾਲੇ ਮੈਂ ਕਿਹਾ ਵੀ ਮੈਂ ਅਤੇ ਤਾਇਆ ਜੀ ਘੁੰਮ ਫਿਰ ਲਵਾਂਗੇ ਅਸੀਂ ਦੋਵੇਂ ਜਾਣੇ ਹੁਣ ਸਾਨੂੰ ਇੱਥੇ ਉਹਨਾਂ ਨੇ ਛੱਡਤਾ ਵਾ ਦੋਵਾਂ ਜਾਣਿਆਂ ਨੂੰ ਵੀ ਘੁੰਮੋ ਫਿਰੋ ਤੁਸੀਂ ਅਤੇ ਉਸ ਤੋਂ ਬਾਅਦ ਵਿੱਚ ਇੱਕ ਪੁਆਇੰਟ ਡਿਸਾਈਡ ਕੀਤਾ ਆ ਕੈਨੇਡਾ ਪਲੇਸ ਜਿੱਥੇ ਆਪਾਂ ਦੋਵਾਂ ਨੇ ਫਿਰ ਇਕੱਠੇ ਹੋਣਾ ਡਾਊਨ ਟਾਊਨ ਜਿਹੜਾ ਏਰੀਆ ਇਹ ਅਸੀਂ ਐਕਸਪਲੋਰ ਨਹੀਂ ਸੀਗਾ ਕੀਤਾ ਸਿਰਫ ਇੱਕੋ ਦਿਨ ਵਾਈਟ ਐਵਨਿਊ ਆਏ ਰਾਤ ਨੂੰ ਪਾਰਟੀ ਕਰਕੇ ਚਲੇ ਗਏ ਸੀਗੇ ਅਤੇ ਹੁਣ ਅੱਜ ਫਿਰ ਆਏ ਹਾਂ ਮੇਰੇ ਜਿਹੜਾ ਭਰਾ ਆ ਵੱਡਾ ਉਹਦਾ ਪੇਪਰ ਚੱਲਦਾ ਇੱਥੇ ਫੋਰ ਮਰਚੈਂਟ ਨੇਵੀ ਅਤੇ ਉਹਦੇ ਕਰਕੇ ਸਾਨੂੰ ਦੋਵਾਂ ਨੂੰ ਇਕੱਲਿਆਂ ਨੂੰ ਟਾਈਮ ਮਿਲਿਆ ਮੈਨੂੰ ਤਾਂ ਤਾਇਆ ਜੀ ਨੂੰ ਕਿ ਆਪਾਂ ਇਕੱਲੇ ਘੁੰਮੀਏ ਫਿਰੀਏ ਇਸ ਮਾਰਕੀਟ ਨੂੰ ਅਤੇ ਮਾਰਕੀਟ ਨੂੰ ਐਕਸਪਲੋਰ ਕਰੀਏ ਹੁਣ ਦੇਖਦੇ ਹਾਂ ਆਪਾਂ ਅੱਗੇ ਕੋਈ ਜਗ੍ਹਾ ਲੱਭਦੇ ਹਾਂ ਬੈਡ ਬੈਠਣ ਵਾਸਤੇ ਜਾਂ ਘੁੰਮਣ ਫਿਰਨ ਵਾਸਤੇ ਜਿੱਥੇ ਆਪਾਂ ਜਾਣਾ ਲਓ ਜੀ ਡਾਊਨ ਟਾਊਨ ਤੋਂ ਵਾਪਸ ਆ ਗਏ ਹਾਂ ਅਤੇ ਹੁਣ ਭੱਠਲ ਸਾਹਿਬ ਮਿਲੇ ਨੇ ਸਾਨੂੰ ਬੜੇ ਟਾਈਮ ਬਾਅਦ ਮੁਲਾਕਾਤ ਹੋਈ ਹੈ ਇੰਡੀਆ ਆਪਾਂ ਦਮਨ ਦੇ ਵਿਆਹ ਦੇ ਉੱਤੇ ਮਿਲੇ ਸੀ ਜਾਗੋ 'ਤੇ ਗਾਹ ਪਾਇਆ ਸੀ ਅਤੇ ਉੱਥੋਂ ਬਾਅਦ ਹੁਣ ਸਾਡੀ ਇੱਥੇ ਮੁਲਾਕਾਤ ਹੋਈ ਮੈਨੂੰ ਨਹੀਂ ਸੀਗਾ ਪਤਾ ਕਿ ਭੱਠਲ ਵੀ ਐਡਮਿੰਟਨ ਹੀ ਰਹਿੰਦਾ ਅਤੇ ਸਾਡੀ ਹੁਣ ਇੰਸਟਾਗ੍ਰਾਮ ਦੇ ਉੱਤੇ ਥੋੜ੍ਹੀ ਜਿਹੀ ਗੱਲ ਹੋਈ ਫਿਰ ਮੈਨੂੰ ਪਤਾ ਲੱਗਿਆ ਵੀ ਮੈਂ ਚਲੋ ਮਿਲਦੇ ਹਾਂ ਕੱਲ੍ਹ ਰਾਤ ਸਾਡੀ ਗੱਲ ਹੋਈ ਅਤੇ ਅੱਜ ਸਾਡਾ ਮਿਲਣ ਦਾ ਪਲਾਨ ਬਣ ਗਿਆ ਹੋਰ ਫਿਰ ਕਿਵੇਂ ਤੁਹਾਨੂੰ ਜੀ ਵਾਹਵਾ ਲੱਗਿਆ ਤੁਹਾਡਾ ਇੱਥੇ ਐਡਮਿੰਟਨ 'ਚ ਪਹਿਲਾਂ ਆਪਾਂ ਵਿਨੀਪੈਗ ਰਹਿੰਦੇ ਸੀ ਉੱਥੋਂ ਅਸੀਂ ਇੱਥੇ ਮੂਵ ਕੀਤਾ ਦੇਖੋ ਦੋ ਕਾਰਨ ਨੇ ਪਹਿਲਾਂ ਤਾਂ ਸ਼ਹਿਰ ਵਧੀਆ ਜੀ ਵਿਨੀਪੈਗ ਨਾਲੋਂ ਦੂਸਰਾ ਰੀਜ਼ਨ ਮੈਨੂੰ ਵਧੀਆ ਲੱਗਿਆ ਕਿ ਮੇਰੀ ਫੈਮਿਲੀ ਇੱਥੇ ਆ ਤਾਂ ਓਬਵੀਅਸਲੀ ਉੱਥੇ ਮੈਂ ਇਕੱਲਾ ਰਹਿੰਦਾ ਸੀਗਾ ਜਿੱਥੇ ਪਰਿਵਾਰ ਦੇ ਨਾਲ ਆ ਤਾਂ ਉਹ ਇੱਕ ਅਲੱਗ ਹੈ ਜੋ ਕਹਿੰਦੇ ਕਿ ਜਦੋਂ ਬੇਬੇ ਦੇ ਹੱਥਾਂ ਦੀ ਪੱਕੀ ਮਿਲਦੀ ਆ ਉਹਦਾ ਮਜ਼ਾ ਅਲੱਗ ਹੁੰਦਾ ਪਰ ਕਹਿੰਦੇ ਇੱਥੇ ਦਾ ਯਾਰ ਮੌਸਮ ਬੜਾ ਖਰਾਬ ਕਰਦਾ 8 ਮਹੀਨੇ ਬਰਫ਼ ਪੈਂਦੀ ਰਹਿੰਦੀ ਆ ਉਹ ਚੀਜ਼ ਕਾਫੀ ਜਾਣਿਆਂ ਨੇ ਕਹੀ ਆ ਮੈਨੂੰ ਐਡਮਿੰਟਨ ਦੇ ਬਾਰੇ 'ਚ ਜਿਹੜੀ ਚਲੋ ਖੈਰ ਮੈਂ ਤਾਂ ਵਧੀਆ ਮੌਸਮ 'ਚ ਆਇਆ ਵਾਂ
ਉਹਦਾ ਤੈਨੂੰ ਲੱਗਦਾ ਵੀ ਉਹ ਹੈ ਇੱਕ ਗਲਤ ਫੈਕਟਰ ਇੱਥੇ ਦਾ? ਮੇਰੀ ਇਸ ਵਾਰ ਪਹਿਲੀ ਵਿੰਟਰ ਸੀਗੀ ਐਡਮਿੰਟਨ, ਪਰ ਮੈਂ 8 ਮਹੀਨੇ ਤਾਂ ਨਹੀਂ ਬਰਫ਼ ਕਹੂੰਗਾ। ਇਸ ਵਾਰ ਤਾਂ ਬਹੁਤ ਸੋਹਣਾ ਮੌਸਮ ਰਿਹਾ, ਲਾਈਕ ਕ੍ਰਿਸਮਸ ਦੇ ਨੇੜੇ ਕਾਫ਼ੀ ਪੀਕ 'ਤੇ ਸੀ, ਓਕੇ, ਉਦੋਂ ਬਾਅਦ ਠੰਡ ਘਟੀ, ਫਿਰ ਜਨਵਰੀ ਦੇ ਅੱਧ ਤੋਂ ਬਾਅਦ ਤਾਂ ਮੌਸਮ ਆਏ ਹੁੰਦਾ ਸੀਗਾ ਕੋਈ ਨਾ ਕੋਈ ਵੀਕਐਂਡ ਪਲੱਸ 'ਚ ਚਲੇ ਜਾਂਦਾ ਸੀਗਾ। ਅੱਛਾ, ਤਾਂ ਜਦੋਂ ਬਰਫ਼ ਬੁਰਫ਼ ਪੈਂਦੀ ਉਦੋਂ ਫਿਰ ਬੰਦਾ ਸ਼ਾਮ ਨੂੰ ਤੁਸੀਂ ਮੰਨ ਕੇ ਚਲੋ ਕੰਮ ਤੋਂ ਵਾਪਸ ਆਏ ਨੇ ਅਤੇ ਨਿਕਲ ਲੈਂਦੇ ਨੇ ਘਰੋਂ ਬਾਹਰ? ਨਹੀਂ, ਉਵੇਂ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਆਪਾਂ ਇੱਧਰ ਜੰਮੇ ਪਲੇ ਘੱਟ ਹਾਂ, ਆਪਾਂ ਨੂੰ ਹਲੇ ਥੋੜ੍ਹੀ ਆਦਤ ਘੱਟ ਆ। ਜਿਵੇਂ ਆਪਾਂ ਕਹੀਏ ਪੰਜਾਬ 'ਚ ਧੁੰਦ ਦੇਖ ਕੇ ਕੋਈ ਗੋਰਾ ਜਾ ਕੇ ਕਹੂਗਾ ਯਾਰ ਇੱਥੇ ਤਾਂ ਕੁਛ ਦਿਖਦਾ ਹੀ ਨਹੀਂ, ਵੀ ਇਹ ਕੀ ਕਰੀ ਜਾਂਦੇ ਆ। ਪਰ ਜਿਹੜੇ ਇੱਧਰ ਜੰਮੇ ਪਲੇ ਆ ਉਹਨਾਂ ਨੂੰ ਉਹੀ ਬਰਫ਼ ਚੰਗੀ ਲੱਗਦੀ ਹੈ। ਕ੍ਰਿਸਮਸ ਦੇ ਨੇੜੇ ਨਾ ਬਰਫ਼ ਪਵੇ, ਐਂ ਕਹਿੰਦੇ ਕਿ ਐਤਕੀ ਤਾਂ ਮਜ਼ਾ ਹੀ ਨਹੀਂ ਹੋਣਾ ਕ੍ਰਿਸਮਸ ਦਾ। ਅੱਛਾ, ਉਹਨਾਂ ਦੀ ਐਕਟੀਵਿਟੀਜ਼ ਉਵੇਂ ਦੀਆਂ ਨੇ, ਸਨੋ ਸ਼ੂ ਪਾ ਕੇ, ਸਨੋ ਪੈਂਟਾਂ ਪਾ ਕੇ, ਆਹ ਛੋਟੀਆਂ ਛੋਟੀਆਂ ਪਹਾੜੀਆਂ ਉੱਤੋਂ ਸਕੇਟਿੰਗਾਂ ਕਰਨ ਲੱਗ ਜਾਂਦੇ ਆ, ਕਦੇ ਕੁਛ ਕਰਦੇ ਆ। ਮਤਲਬ ਜਿੱਥੇ ਤਾਂ ਬੰਦਾ ਜੰਮਿਆ ਪੜਿਆ ਹੁੰਦਾ ਉੱਥੇ ਉਹੋ ਜਿਹੀਆਂ ਐਕਟੀਵਿਟੀਜ਼ ਹੋ ਜਾਂਦੀਆਂ ਨੇ। ਬਾਕੀ ਜਿੰਨਾ ਕੁ ਮੈਂ ਅਬਜ਼ਰਵ ਕੀਤਾ, ਹਾਲੇ ਮੈਨੂੰ ਜ਼ਿਆਦਾ ਦਿਨ ਤਾਂ ਨਹੀਂ ਹੋਏ, ਮੈਂ 13 ਤਰੀਕ ਨੂੰ ਆਇਆ ਸੀ ਅਤੇ ਅੱਜ ਸ਼ਾਇਦ 18 ਅਤੇ 4-5 ਦਿਨ ਹੋਏ ਮੈਨੂੰ ਇੱਥੇ ਆਏ ਨੂੰ। ਇੱਥੇ ਦੇ ਲੋਕ ਨਾ ਡਿਸਿਪਲਿਨਡ ਬਹੁਤ ਆ। ਹੁਣ ਫੋਰ ਐਗਜ਼ਾਮਪਲ ਅੱਜ ਆਪਾਂ ਗਏ ਸੀਗੇ ਡਾਊਨ ਟਾਊਨ ਦੇ ਵਿੱਚ, ਉੱਥੇ ਨਾ ਪਾਰਕਿੰਗ ਸੀਗੀ ਅਤੇ ਉੱਥੇ ਕੋਈ ਬੰਦਾ ਨਹੀਂ ਹੈਗਾ, ਉਹਨਾਂ ਨੇ ਸਿਰਫ ਆਪਣਾ ਇੱਕ ਬਾਰ ਕੋਡ ਰੱਖਿਆ ਹੋਇਆ, ਤੁਸੀਂ ਆਪਣੀ ਗੱਡੀ ਲਾਉਣੀ ਆ ਅਤੇ ਉੱਥੇ ਪੇ ਕਰ ਦੇਣਾ। ਅਤੇ ਇੰਡੀਆ ਦੇ ਵਿੱਚ ਕੀ ਹੁੰਦਾ, ਇੰਡੀਆ ਦੇ ਵਿੱਚ ਬੰਦਾ ਵੀ ਖਲੋਤਾ ਹੋਣਾ ਅਤੇ ਦੁਨੀਆ ਕਈ ਵਾਰ ਗੱਡੀ ਭਜਾ ਕੇ ਕੱਢ ਲੈਂਦੀ ਹੈ, ਛੱਡ ਕੀ ਪੈਸੇ ਦੇਣੇ, 10 ਰੁਪਏ ਬਚਾ ਹੀ ਲੈਂਦੇ ਆ। ਫਿਰ ਇੱਥੇ ਬੇਸ਼ੱਕ ਕੋਈ ਪੁਲਿਸ ਵਾਲਾ ਖੜ੍ਹਾ ਆ ਲਾਈਟਾਂ ਦੇ ਉੱਤੇ ਜਾਂ ਨਹੀਂ ਖੜ੍ਹਾ, ਜਿੱਥੇ ਸਟੋਪ ਸਾਈਨ ਆ ਗਿਆ ਉੱਥੇ ਗੱਡੀ ਰੋਕ ਕੇ ਹੀ ਤੋਰਦੇ ਆ ਲੋਕ। ਜੇ ਕੋਈ ਪੈਡੈਸਟ੍ਰੀਅਨ ਨੇ ਸੜਕ ਕ੍ਰੋਸ ਕਰਨੀ ਆ, ਪਹਿਲਾਂ ਕਿਸੇ ਬੰਦੇ ਨੇ ਸੜਕ ਕ੍ਰੋਸ ਕਰਨੀ ਹੈ, ਤਾਂ ਉੱਥੇ ਉਹਨੂੰ ਪਹਿਲਾਂ ਰਾਹ ਦੇਣਾ। ਉੱਥੇ ਹਰ ਕਿਸੇ ਨੂੰ ਆਪੋ ਆਪਣੀ ਕਾਹਲੀ ਪਈ ਹੁੰਦੀ ਹੈ ਕਿ ਬਸ ਨਿਕਲ ਜਾਈਏ ਆਪਾਂ। ਅਤੇ ਕਾਫੀ ਚੀਜ਼ਾਂ ਹੈਗੀਆਂ ਜੋ ਕੈਨੇਡਾ ਦੇ ਬਾਰੇ ਦੇ ਵਿੱਚ ਮੈਨੂੰ ਵਧੀਆ ਲੱਗੀਆਂ। ਅਤੇ ਆਪਾਂ ਲੋਕ ਐਕਸਪੈਕਟ ਕਰਦੇ ਹਾਂ ਪੰਜਾਬ ਦੇ ਵਿੱਚ ਰਹਿ ਕੇ ਕਿ ਸਾਡਾ ਅਸੀਂ ਪਿੱਛੇ ਕਿਉਂ ਆ, ਉੱਥੇ ਕਿਤੇ ਨਾ ਲੋਕਾਂ ਦਾ ਵੀ ਦੋਸ਼ ਬਹੁਤ ਜ਼ਿਆਦਾ ਹੈਗਾ। ਹੁਣ ਫੋਰ ਐਗਜ਼ਾਮਪਲ ਇੱਥੇ ਕੋਈ ਗੌਰਮੈਂਟ ਚੀਜ਼ ਓਪਨ ਕਰਦੀ ਹੈ ਨਾ, ਅਤੇ ਉਹ ਉਹਦੇ ਵੀ ਪੈਸੇ ਚਾਰਜ ਕਰਦੀ। ਇੱਥੇ ਰੈਕ ਸੈਂਟਰ ਬਣੇ ਹੋਏ, ਗੌਰਮੈਂਟ ਨੇ ਮਤਲਬ ਖੋਲ੍ਹੇ ਹੋਏ ਆ, ਉਹਦੇ ਵਿੱਚ ਤੁਸੀਂ ਐਕਟੀਵਿਟੀਜ਼ ਕਰ ਸਕਦੇ ਹਾਂ, ਅਤੇ ਉੱਥੇ ਗੌਰਮੈਂਟ ਪੈਸੇ ਚਾਰਜ ਕਰਦੀ ਜਿਹੜੇ ਬੰਦੇ ਦੇ ਸਕਦੇ ਆ। ਜਿਹੜਾ ਬੰਦਾ ਥੋੜ੍ਹਾ ਉਹਨਾਂ ਨੂੰ ਲੱਗਦਾ ਕਿ ਫਾਈਨੈਂਸ਼ਲੀ ਵੀਕ ਆ, ਉਹਦੇ ਕੋਲੋਂ ਥੋੜ੍ਹੇ ਘੱਟ ਚਾਰਜ ਕਰਦੀ ਆ। ਅਤੇ ਸਾਡੇ ਜੇ ਕੋਈ ਗੌਰਮੈਂਟ ਚੀਜ਼ ਓਪਨ ਕਰਦੇ, ਹੁਣ ਫੋਰ ਐਗਜ਼ਾਮਪਲ ਜੱਟਾਂ ਦੀ ਗੱਲ ਕਰ ਲਈਏ, ਤਾਂ ਉਹਨਾਂ ਨੂੰ ਇਹ ਹੁੰਦਾ ਜਦੋਂ ਕਰਜ਼ਾ ਲੈ ਲੈਂਦੇ ਆ ਨਾ, ਜਿਹੜੇ ਜੱਟ ਕਰਜ਼ਾ ਦੇ ਵੀ ਸਕਦੇ ਹੁੰਦੇ ਆ, ਉਹ ਵੀ ਧਰਨਿਆਂ 'ਤੇ ਬੈਠੇ ਹੁੰਦੇ ਵੀ ਸਾਡੇ ਕਰਜ਼ੇ ਮਤਲਬ ਮਾਫ਼ ਕਰ ਦਿਓ। ਸੋ ਲੋਕਾਂ ਦਾ ਵੀ ਬਹੁਤ ਜ਼ਿਆਦਾ ਕਸੂਰ ਆ ਕਿਤੇ, ਅਤੇ ਇਹ ਜਿਹੜੀ ਮੈਂਟੈਲਿਟੀ ਆ। ਹਾਂ, ਹੁਣ ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਈ ਇੱਕਦਮ। ਇੱਥੇ ਕੀ ਹੁੰਦਾ ਵਾ ਕਿ ਬਹੁਤ ਸੋਹਣੀਆਂ ਇਹ ਪਲੈਨਡ ਸਿਟੀਜ਼ ਆ ਸਾਰੀਆਂ, ਅਤੇ ਜਿੱਥੇ ਗੌਰਮੈਂਟ ਨੇ ਕਹਿਤਾ ਕਿ ਇੱਥੇ ਘਰ ਬਣੂਗਾ, ਇੰਨੇ ਏਰੀਏ 'ਚ ਘਰ ਬਣੂਗਾ, ਅਤੇ ਇੰਨਾ ਏਰੀਆ ਤੁਹਾਨੂੰ ਅੱਗੇ ਖਾਲੀ ਛੱਡਣਾ ਪੈਣਾ, ਅਤੇ ਉਹ ਲੋਕ ਛੱਡਦੇ ਆ। ਸਾਡੇ ਪੰਜਾਬ ਦੇ ਵਿੱਚ ਜਾਂ ਉੱਥੇ ਇੰਡੀਆ ਦੇ ਵਿੱਚ ਕੋਈ ਬੰਦਾ ਇਹੋ ਜਿਹਾ ਰੂਲ ਲੈ ਕੇ ਆ ਜਾਏ ਨਾ ਕਿ ਹਾਂਜੀ ਤੁਹਾਡਾ ਤੁਸੀਂ ਘਰ ਇੱਥੇ ਬਣਾ ਸਕਦੇ, ਇੱਥੇ ਦੁਕਾਨਾਂ ਬਣਨਗੀਆਂ, ਲੋਕਾਂ ਨੇ ਕਹਿਣਾ ਜ਼ਮੀਨ ਸਾਡੀ, ਤੁਸੀਂ ਕੌਣ ਹੁੰਦੇ ਹੋ ਸਾਨੂੰ ਦੱਸਣ ਵਾਲੇ? ਅਤੇ ਇਹ ਜਿਹੜੀ ਮੈਂਟੈਲਿਟੀ ਆ, ਇਹ ਮੈਂਟੈਲਿਟੀ ਇਸ ਮੈਂਟੈਲਿਟੀ ਨੂੰ ਚੇਂਜ ਹੁੰਦਿਆਂ ਬਹੁਤ ਸਾਨੂੰ ਟਾਈਮ ਲੱਗ ਜਾਣਾ ਆ, ਅਤੇ ਫਿਰ ਕਿਤੇ ਜਾ ਕੇ ਆਪਾਂ ਇੱਥੇ ਪਹੁੰਚਾਂਗੇ, ਭਾਵੇਂ ਗੌਰਮੈਂਟ ਜੋ ਮਰਜ਼ੀ ਕਰੀ ਜਾਵੇ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ। ਭੱਠਾ ਸਾਹਿਬ ਤੁਸੀਂ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਵੀਰੇ ਬਿਲਕੁਲ ਸਹੀ ਗੱਲ ਆ, ਮੈਨੂੰ ਤੇਰੀ ਗੱਲ ਤੋਂ ਇੱਕ ਹੋਰ ਗੱਲ ਯਾਦ ਆਈ। ਜਿਵੇਂ ਆਪਣੇ ਪੰਜਾਬ ਦੇ ਵਿੱਚ ਜੱਟਾਂ ਦੇ ਮੋਟਰਾਂ ਦੇ ਬਿੱਲ ਮਾਫ਼ ਸੀਗੇ, ਅਤੇ ਉਹ ਲੋੜਵੰਦ ਜੱਟਾਂ ਲਈ ਬਹੁਤ ਜ਼ਰੂਰੀ ਚੀਜ਼ ਆ, ਜਿਹੜੇ ਕਿ 1-2 ਕਿੱਲੇ ਦੀ ਖੇਤੀ ਕਰਦੇ ਆ, ਪਰ ਉਹ ਬਿੱਲ ਫਿਰ ਜਿਨ੍ਹਾਂ ਕੋਲ 10-20-30-40-50 ਕਿੱਲੇ ਉਹ ਵੀ ਉਹਨਾਂ ਦੇ ਵੀ ਮਾਫ਼ ਹੁੰਦੇ ਸੀਗੇ। ਮਤਲਬ ਜਿਹੜਾ ਬੰਦਾ ਸਮਰੱਥ ਆ, ਕੋਈ ਕੈਪ ਹੋਣਾ ਚਾਹੀਦਾ ਵੀ ਇੰਨੀ ਜ਼ਮੀਨ ਦੇ ਮਾਲਕ ਦੇ ਮਾਫ਼ ਹੋਣਗੇ, ਅਤੇ ਜਿਹੜਾ ਸਮਰੱਥ ਆ ਦੇ ਸਕਦਾ ਉਹ ਦੇਵੇ, ਤਾਂ ਕਿ ਸਰਕਾਰ ਨੂੰ ਵੀ ਘਾਟਾ ਨਾ ਪਵੇ ਅਤੇ ਸਰਕਾਰ ਉਹ ਪੈਸਾ ਚੰਗੇ ਕੰਮਾਂ 'ਤੇ ਵਰਤ ਵੀ ਸਕੇ। ਬਿਲਕੁਲ, ਹੁਣ ਸਾਡੇ ਪੰਜਾਬ ਦੇ ਕਹਿ ਦਿੰਦੇ ਆਪਾਂ ਕਿ ਗੌਰਮੈਂਟ ਹੀ ਸਾਰਾ ਕੁਛ ਕਰੇ, ਅਤੇ ਇੱਥੇ ਜੇ ਵੇਖਿਆ ਜਾਵੇ ਨਾ, ਤਾਂ ਗੌਰਮੈਂਟ ਤਾਂ ਕਰਦੀ ਹੈ ਕਿਉਂਕਿ ਗੌਰਮੈਂਟ ਨੂੰ ਟੈਕਸ ਬਹੁਤ ਜ਼ਿਆਦਾ ਜਾਂਦਾ ਲੋਕਾਂ ਕੋਲੋਂ, ਇੰਸ਼ੋਰੈਂਸ ਗੱਡੀਆਂ ਦੀ ਬਹੁਤ ਜਾਣੀ ਆ, ਤੁਹਾਡੇ ਘਰਾਂ ਤੱਕ ਦੀ ਇੰਸ਼ੋਰੈਂਸ ਆ ਕਿ ਕੱਲ੍ਹ ਨੂੰ ਘਰ ਨੂੰ ਅੱਗ ਲੱਗ ਜਾਵੇ ਤਾਂ ਪੈਸੇ ਉੱਥੇ ਕੋਈ ਨਾ, ਗੌਰਮੈਂਟ ਨੂੰ ਕਿਸੇ ਪਾਸੋਂ ਇਨਕਮ ਹੈ ਹੀ ਨਹੀਂ, ਤੁਹਾਨੂੰ ਫੈਸਿਲਿਟੀਆਂ ਕਿੱਥੋਂ ਮਿਲਣਗੀਆਂ? ਸੋ ਇਹ ਚੀਜ਼ ਆ। ਬਾਕੀ ਹੁਣ ਭੱਠਲ ਸਾਹਿਬ ਨਾਲ ਬਾਹਰ ਜਾ ਰਹੇ ਹਾਂ, ਅਤੇ ਬਾਹਰੋਂ ਖਾਵਾਂ ਪੀਵਾਂਗੇ, ਗੱਲਾਂ ਬਾਤਾਂ ਮਾਰਾਂਗੇ, ਅਤੇ ਵੇਖਦੇ ਹਾਂ ਕਿੱਥੇ ਲੈ ਕੇ ਜਾ ਰਹੇ ਭੱਠਲ ਸਾਹਿਬ। ਮੈਂ ਹਾਲੇ ਸੋਚ ਰਿਹਾ ਬਾਈ, ਬਾਲੀਵੁੱਡ ਚੱਲੀਏ ਜਾਂ ਫਿਰ ਕਿਤੇ ਹੋਰ, ਹਾਲੇ ਦਿਮਾਗ ਘੁੰਮ ਰਿਹਾ, ਕਿਉਂਕਿ ਮੈਨੂੰ ਵੀ 6 ਮਹੀਨੇ ਹੋਏ ਇੱਥੇ, ਇਹਨੂੰ ਤਾਂ ਬਾਹਲੀਆਂ ਜਗ੍ਹਾ ਤਾਂ ਪਤਾ ਨਹੀਂ ਹੈਗੀਆਂ। ਅੱਛਾ, ਬਟ ਕੁਛ ਤਾਂ ਮਿਲੂਗਾ ਹੀ। ਕੀ ਘੁੰਮ ਲਿਆ ਇੱਥੇ ਐਡਮਿੰਟਨ ਆ ਕੇ ਆਪਾਂ ਉਦੋਂ ਜਦੋਂ ਅਸੀਂ ਆਏ? ਮੈਂ ਵੀਰੇ ਜਦੋਂ ਆਇਆ ਇੱਕ ਤਾਂ ਸਰਦੀਆਂ ਸੀਗੀਆਂ, ਸਿਰਫ ਐਲਕ ਆਈਲੈਂਡ ਗਿਆ ਵਾ ਇੱਕ, ਹੁਣ ਘੁੰਮਣਾ ਵਾ ਜ਼ਰੂਰ, ਸਮਰ ਸ਼ੁਰੂ ਹੋ ਗਈਆਂ ਨੇ। ਪਰ ਮੈਂ ਪਹਿਲਾਂ ਵੀ ਆਉਂਦਾ ਸੀ ਤਾਂ ਕਦੇ ਬੈਂਫ, ਜੈਸਪਰ ਇਹ ਜਗ੍ਹਾ ਦੇਖਣ ਵਾਲੀਆਂ ਨੇ ਜ਼ਰੂਰ, ਇੱਥੋਂ 4-5 ਘੰਟੇ ਲੱਗ ਜਾਂਦੇ ਡਰਾਈਵ ਨੂੰ, 4-5 ਘੰਟੇ। ਬਟ ਬੈਂਫ ਤਾਂ ਮਤਲਬ ਦੁਨੀਆ ਦੀ ਸਭ ਤੋਂ ਸੋਹਣੀਆਂ ਜਗ੍ਹਾ 'ਚੋਂ ਇੱਕ ਜਗ੍ਹਾ ਆਉਂਦੀ ਹੈ। ਅੱਛਾ, ਨਹੀਂ ਹੈਗਾ ਪਲਾਨ ਸਾਡਾ ਜਾਣਾ, ਪਰਸੋਂ ਜਾਣਾ ਹੈ, ਅਤੇ ਬੈਂਫ ਤੁਹਾਨੂੰ ਬਹੁਤ ਪਸੰਦ ਆਊ, ਜੈਸਪਰ
ਉਹ ਜਗ੍ਹਾ ਦੇਖਣ ਵਾਲੀ ਹੈ। ਕੈਲਗਰੀ ਸ਼ਹਿਰ ਵੀ ਦੇਖਣ ਵਾਲਾ, ਉਹਦਾ ਡਾਊਨ ਟਾਊਨ ਵੀ ਦੇਖਣ ਵਾਲਾ। ਅੱਛਾ, ਅਤੇ ਮਤਲਬ ਐਲਬਰਟਾ ਦੇ ਵਿੱਚ ਬਹੁਤ ਚੀਜ਼ਾਂ ਨੇ ਦੇਖਣ ਵਾਲੀ, ਮੈਂ ਆਪ ਹਾਲੇ ਐਕਸਪਲੋਰ ਕਰਨ ਲੱਗੇ ਹਾਂ। ਵਿਨੀਪੈਗ ਵੱਲ ਕਾਫੀ ਕੁਛ ਘੁੰਮੇ ਸੀਗੇ ਇੱਥੇ, ਹੁਣ ਐਤਕੀ ਪਲੈਨ ਆਊਟ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਜਾ ਕੇ ਆਉਣਾ। ਨਹੀਂ ਤੂੰ ਜਦੋਂ ਇੱਧਰ ਮੂਵ ਕੀਤਾ ਇੱਥੇ, ਫਿਰ ਤੂੰ ਕੈਲਗਰੀ ਕਿਉਂ ਨਹੀਂ ਚੂਜ਼ ਕੀਤਾ? ਕੈਲਗਰੀ ਕਹਿੰਦੇ ਇਹਦੇ ਨਾਲੋਂ ਥੋੜ੍ਹਾ ਜਿਹਾ ਐਡਵਾਂਸਡ ਆ ਸਿਸਟਮ। ਫੈਮਿਲੀ? ਅੱਛਾ, ਫੈਮਿਲੀ ਇੱਥੇ। ਓਕੇ ਓਕੇ, ਅਦਰਵਾਈਜ਼ ਕੈਲਗਰੀ ਜਾਣਾ ਹੈ। ਹਾਂ, ਮੈਂ ਕੈਲਗਰੀ ਵੀ ਆਪਸ਼ਨ ਚੂਜ਼ ਕਰ ਰਹੇ ਸੀ ਜਦੋਂ ਜੋਬਾਂ ਅਪਲਾਈ ਕਰ ਰਿਹਾ ਸੀ, ਮੈਂ ਕੈਲਗਰੀ ਵੀ ਅਪਲਾਈ ਕੀਤੀਆਂ ਸੀ ਕਿ ਜ਼ਿਆਦਾ ਦੂਰ ਨਹੀਂ ਹੈਗਾ, ਨਹੀਂ ਤਾਂ 3 ਘੰਟੇ ਦੂਰ ਆ। ਓਕੇ, ਬਟ ਫਿਰ ਜੋਬ ਇੱਥੇ ਹੀ ਮਿਲ ਗਈ। ਹਾਂ ਹਾਂ, ਚਲੋ ਫਿਰ ਸਾਰਾ ਕੁਛ ਸਹੀ ਹੋ ਗਿਆ। ਠੀਕ ਹੈ ਜੀ, ਸੋ ਹੁਣ ਆਪਾਂ ਡਿਸਾਈਡ ਕਰਦੇ ਹਾਂ। ਪਹਿਲਾਂ ਫਿਲਹਾਲ ਕੈਮਰਾ ਬੰਦ ਕਰਾਂ ਮੈਂ, ਜਿੰਨੀਆਂ ਗੱਲਾਂ ਹੋ ਗਈਆਂ ਹੁਣ ਮੇਰੀਆਂ ਹੋ ਗਈਆਂ ਵਾ, ਅਤੇ ਬਾਕੀ ਫਿਰ ਜੇ ਕੋਈ ਇੰਟਰਸਟਿੰਗ ਚੀਜ਼ ਹੋਊਗੀ ਤਾਂ ਮੈਂ ਕੈਮਰਾ ਚਾਲੂ ਕਰਕੇ ਤੁਹਾਨੂੰ ਜ਼ਰੂਰ ਦਿਖਾਊਂਗਾ। ਓਕੇ ਜੀ।